ਦੇਖੋ ਮੈਂ ਸਮਝਦਾ ਵਾਂ ਕਿ ਕਾਂਗਰਸ ਪਾਰਟੀ ਨੇ ਜਦੋਂ ਵਿਧਾਨ ਸਭਾ ਦੀਆਂ ਇਲੈਕਸ਼ਨ ਲੜੀਆਂ ਪਿਛਲੀ ਵਾਰੀ ਅਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀਗੇ। ਜੇ ਆਪਾਂ ਇਕੱਲੇ ਇਕੱਲੇ ਗਿਣਨ ਲੱਗੀਏ ਤਾਂ ਮੈਂ ਸਮਝਣਾ ਲੰਮਾ ਸਮਾਂ ਲੱਗ ਜਾਂਦਾ ਵਾ। ਉਹਨਾਂ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਜਿਹੜਾ 4.5 ਸਾਲ ਤੋਂ ਜ਼ਿਆਦਾ ਸਮਾਂ ਹੋ ਚੱਲਾ ਵਾ ਸਰਕਾਰ ਬਣੀ ਨੂੰ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਨਸ਼ਾ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਮੈਂ ਸਮਝਣਾ ਕਿ ਮੰਡੀ ਜਿਹੜਾ ਹਿੰਦੁਸਤਾਨ ਦੀ ਮੰਡੀ ਜਿਹੜੀ ਹੈ ਨਸ਼ੇ ਦੀ ਪੰਜਾਬ ਬਣ ਚੁੱਕਾ ਹੈਗਾ। ਔਰ ਇਸੇ ਤਰ੍ਹਾਂ ਜੋ ਲੋਕਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਘਰ ਘਰ ਦੇ ਵਿੱਚ ਨੌਕਰੀ ਦੇਣੀ ਆ, ਪੈਨਸ਼ਨਾਂ ਬੁਢਾਪਾ ਪੈਨਸ਼ਨਾਂ 2500 ਦੇਣੀਆਂ, 52,000 ਸ਼ਗਨ ਸਕੀਮ ਦੇਣੀ ਆ, ਬਹੁਤ ਸਾਰੇ ਵੱਡੇ ਵਾਅਦੇ ਕੀਤੇ ਸੀ। ਹੁਣ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਇਸ ਗੱਲ ਦਾ ਕਰਕੇ ਹੀ ਹੁਣ ਇਲੈਕਸ਼ਨਾਂ ਲੱਗੇ ਆ ਰਹੀਆਂ ਵਾ। ਲੋਕਾਂ ਦਾ ਧਿਆਨ ਜਿਹੜਾ ਪੰਜਾਬ ਵਾਸੀਆਂ ਦਾ ਧਿਆਨ ਆ ਉਹ ਇਸ ਚੀਜ਼ ਤੋਂ ਡਾਇਵਰਟ ਕਰਨ ਵਾਸਤੇ ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਅੰਦਰ ਖਾਤੇ ਸਾਰੇ ਘਿਓਖ ਜਿਹੜੀ ਇੱਕ ਚੀਜ਼ ਹੈਗੀ ਆ, ਸਿਰਫ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਕੇ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਉਹ ਅਸੀਂ ਦੂਜੇ ਪਾਸੇ ਖਿੱਚੀਏ ਅਤੇ ਤਾਂ ਕਿ ਸਾਨੂੰ ਲੋਕ ਜਿਹੜੇ ਨੇ ਉਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਬਾਰੇ ਕੋਈ ਕਮਾਂ ਕਾਰਾਂ ਬਾਰੇ ਨਾ ਪੁੱਛ ਸਕਣ। ਸੋ ਇਹ ਮੈਂ ਸਮਝਣਾ ਜੋ ਵੀ ਹੈਗਾ ਉਹ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋ ਰਿਹਾ ਵਾ। ਪਰ ਮੈਂ ਇੱਕ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਅਤੇ ਜਿਹੜੇ ਇਹਨਾਂ ਦੇ MLA ਮੰਤਰੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਰਫ 6 ਮਹੀਨੇ ਦਾ ਸਮਾਂ ਰਹਿ ਗਿਆ, ਤੁਸੀਂ ਲੋਕਾਂ ਦੇ ਨਾਲ ਜਵਾਬ ਦੇ ਹੋ। ਜਿਹੜੇ ਜਿਹੜੇ ਵਾਅਦੇ ਤੁਸੀਂ ਕੀਤੇ ਸੀ ਤੁਹਾਨੂੰ ਲੋਕਾਂ ਦੇ, ਜਿਸ ਵੇਲੇ ਹੁਣ ਤੁਸੀਂ ਕਚਹਿਰੀ ਵਿੱਚ ਜਾਣਾ ਵਾ ਤੁਹਾਨੂੰ ਉਹਨਾਂ ਦਾ ਜਵਾਬ ਦੇਣਾ ਪਊਗਾ। ਤੁਸੀਂ ਇਸ ਚੀਜ਼ ਤੋਂ ਭੱਜ ਨਹੀਂ ਸਕਦੇ, ਮਨੁੱਕਰ ਨਹੀਂ ਹੋ ਸਕਦੇ। ਸੋ ਇਸ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਕਿਉਂਕਿ ਤੁਹਾਡੇ ਕੋਲ ਕੰਮ ਹੀ ਕੋਈ ਨਹੀਂ ਹੋਇਆ, ਕੁਛ ਨਹੀਂ 4.5 ਸਾਲਾਂ 'ਚ ਤੁਸੀਂ ਕਰ ਸਕੇ। ਸਿਰਫ ਝੂਠੇ ਲਾਰੇ ਲੋਕਾਂ 'ਤੇ, ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ 'ਤੇ, ਵਰਕਰਾਂ 'ਤੇ ਪਰਚੇ ਦਵਾਏ ਆ, ਨਜਾਇਜ਼ ਕਬਜ਼ੇ ਕੀਤੇ ਆ, ਜੋ ਕੁਛ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਆ। ਸੋ ਇਸ ਚੀਜ਼ ਦਾ ਤੁਹਾਨੂੰ ਸਾਰਿਆਂ ਨੂੰ ਜਵਾਬ ਜਿਹੜਾ ਜ਼ਰੂਰ ਦੇਣਾ ਪਊਗਾ। ਧੰਨਵਾਦ।